नमस्कार स्वागत है आप सबका हमारे न्यूज चैनल वॉइस ऑफ इंडिया में मैं अमरजीत कौर खबर दिल्ली से मेघालय सरकार ने किया आनंद मैरिज एक्ट पास डीएसजीएमसी के जनरल सेक्रेटरी मंजिंदर सिंह सिरसा ने आज मेघालय सरकार का आभार प्रकट किया क्योंकि मेघालय सरकार ने सिखों की ऐतिहासिक मांग को मानते हुए आनंद मैरिज एक्ट मेघालय में, में लागू कर दिया है आइए सुनते हैं मंजिंदर सिंह सिरसा को मेनु बड़ी खुशी आ मेघालय चौथा सूबा बनया है जिन्हें आनंद मैरिज एक्ट लागू किया ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਜੀ ਨੇ ਖੁਦ ਟਵੀਟ ਕਰਕੇ ਔਰ ਇਸ ਗੱਲ ਦੀ ਛਲਾਗਾ ਵੀ ਕੀਤੀ ਕਿ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਨੇ ਇਸ ਮੁੱਦੇ ਨੂੰ ਬੜੀ ਸੰਜੀਦਗੀ ਨਾਲ ਚੁੱਕਿਆ ਔਰ ਇਹ ਵੀ ਕਿਹਾ ਕਿ ਮੈਨੂੰ ਇਸ ਗੱਲ ਦੀ ਮੇਰਾ ਇਹ ਤੁਹਾਡਾ ਹੱਕ ਸੀ ਜਿਹੜਾ ਕਿ ਤੁਹਾਨੂੰ ਮਿਲਣਾ ਚਾਹੀਦਾ ਸੀ ਬਿਹਾਰ ਦੀ ਸਰਕਾਰ ਨੇ ਵੀ ਲਿਖਤੀ ਤੌਰ ਤੇ ਇਹ ਮੰਨਿਆ ਮੰਗੇ ਆਏ ਕਿ ਸਾਨੂੰ ਇਹਦੇ ਰੂਲਸ ਫਰੇਮ ਜਿਹੜੇ ਕੀਤੇ ਹੋਏ ਨੇ ਬਾਕੀ ਸਟੇਟਾਂ ਨੂੰ ਅਗਰ ਮਿਲ ਜਾਣ ਤੇ ਅਸੀਂ ਵੀ ਜਲਦੀ ਲਾਗੂ ਕਰਾਂਗੇ ਔਰ ਸੇਮ ਹੀ ਅਸਾਮ ਦੇ ਸੈਕਟਰੀ ਨੇ ਵੀ ਆਪਣੀ ਮੇਲ ਰਾਈ ਚਿੱਠੀ ਰਾਈ ਮੰਗੇ ਆ ਸੋ ਮੈਂ ਅਸਾਮ ਨੂੰ ਵੀ ਔਰ ਬਿਹਾਰ ਨੂੰ ਵੀ ਦੋਮੈਨੋ ਸੁਬਿਆਨੋ ਇਹਦੇ ਜਿਹੜੇ ਰੂਲਸ ਨੇ ਉਹਦੀ ਜਾਣਕਾਰੀ ਦਿੱਤੀ ਆ ਦੀ ਕਾਪੀਆਂ ਡਿਲੀਵਰ ਕਰਤੀਆਂ ਨੇ ਮੈਨੂੰ ਉਮੀਦ ਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਅੰਦਰ ਜਿਸ ਤਰੀਕੇ ਨਾਲ ਅਸੀਂ ਚੱਲਦੇ ਪਏ ਆ ਦਿੱਲੀ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਦੇ ਇਸ ਉਪਰਾਲੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਇਸ ਉਪਰਾਲੇ ਦੇ ਨਾਲ ਪੂਰੇ ਦੇਸ਼ ਅੰਦਰ ਜਲਦੀ ਹੀ ਅਸੀਂ ਆਨੰਦ ਮੈਰਿਜ ਐਕਟ ਨੂੰ ਪੂਰੇ ਸੂਬੇ ਅੰਦਰ ਪੂਰੇ ਦੇਸ਼ ਦੇ ਸੂਬਿਆਂ 'ਚ ਲਾਗੂ ਕਰਾਉਣ ਨੂੰ ਕਾਮਯਾਬ ਹੋਵਾਂਗੇ। ਯਹ ਇਤੇ ਵਾਲੀ ਖਾਸ ਰਿਪੋਰਟ ਆਪ ਦੇਖਦੇ ਰਹੋ ਵਾਇਸ ਆਫ ਇੰਡੀਆ।